इस वक्त की बड़ी खबर मोहाली से सामने आ रही है, जहां के कुराली में एक केमिकल फैक्ट्री में भीषण आग लग गई। तस्वीरों में आप देख सकते हैं कि आग ने रौद्र रूप धारण कर लिया है। आग लगातार फैलती जा रही है, आग की ऊंची ऊंची लपटें निकल रही हैं और धुएं का गुबार छाया हुआ है। लगभग 2 दर्जन से अधिक फायर ब्रिगेड की गाड़ियां आग बुझाने में लगी हुई हैं, लेकिन अभी तक आग पर काबू नहीं पाया गया। आपको बता दें, इस दौरान एम्बुलेंस और डॉक्टरों की टीम भी मौके पर पहुंची हुई है। इस आग की वजह से लोगों में दहशत का माहौल बना हुआ है। हालांकि अभी तक आग लगने का कारण जो है वो पता नहीं चल पाया है। ਨੋਰਦਨ ਕੈਮੀਕਲ ਨਾਮ ਦੀ ਫੈਕਟਰੀ ਹੈਗੀ ਹੈ। ਬੇਸਿਕਲੀ ਜੋ ਤੁਹਾਨੂੰ ਪਤਾ ਲੱਗਿਆ, ਇੱਥੇ ਫਰਨੀਚਰ ਅਤੇ ਥਿਨਰ ਜਿਹੜੇ ਹੈਗੇ ਨੇ, ਜਿਹੜੇ ਲੱਕੜ ਨੂੰ ਪੋਲਿਸ਼ ਕਰਨ ਲਈ ਜਾਂ ਉਹ ਕੈਮੀਕਲਸ ਬਣਾਉਂਦੇ ਨੇ, ਮੇਜਰਲੀ ਕੈਮੀਕਲ ਦੀ ਇਨਵੈਂਟਰੀ ਉਹੀ ਪਈ ਹੈ ਇੱਥੇ। ਅਤੇ ਕੁਛ ਕੁ ਬੰਦੇ ਅੰਦਰ ਸੀਗੇ, 7 ਕੁ ਬੰਦੇ, 5 ਬੰਦੇ ਕੁਰਾਲੀ ਹੋਸਪਿਟਲ ਦੇ ਵਿੱਚ ਨੇ, 3 ਬੰਦੇ ਅਸੀਂ ਸ਼ਿਫਟ ਜਿਹੜੇ ਹੋਏ ਨੇ ਉਹ ਮੋਹਾਲੀ ਹੋਸਪਿਟਲ ਦੇ ਵਿੱਚ ਹੋਏ ਨੇ। ਅਤੇ ਅਸੀਂ ਹੁਣ ਇੱਥੇ ਸਾਰਾ ਏਰੀਆ ਖਾਲੀ ਕਰਵਾ ਰਹੇ ਹਾਂ ਜਿੰਨਾ ਵੀ ਹੈਗਾ, ਕਿਉਂਕਿ ਹਵਾ ਚੱਲ ਰਹੀ ਹੈ ਅਤੇ ਅੱਗ ਵੱਧ ਸਕਦੀ ਹੈ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ, ਆਪਾਂ ਨਾ ਇੱਥੋਂ ਸਾਈਡ 'ਤੇ ਹੋ ਜਾਈਏ, ਤੁਸੀਂ ਦੇਖੋਗੇ ਪਿੱਛੇ ਤਾਂ ਅੱਗ ਜ਼ਿਆਦਾ ਵੱਧ ਰਹੀ ਹੈ। ਸੋ ਫਾਇਰ ਟੈਂਡਰ ਅਸੀਂ ਸਾਰੇ ਪਾਸੋਂ ਬੁਲਾ ਰਹੇ ਹਾਂ, ਤਾਂ ਐਂਬੂਲੈਂਸਿਸ ਵੀ ਆ ਰਹੀਆਂ ਨੇ ਅਤੇ ਫਾਇਰ ਰਿਟਾਰਡੈਂਟ ਕੈਮੀਕਲਸ ਵੀ ਮੰਗਾ ਰਹੇ ਹਾਂ। ਸੋ ਵੀ ਆਰ ਹੋਪਿੰਗ ਕਿ ਅਸੀਂ ਇਹਨੂੰ ਛੇਤੀ ਕੰਟਰੋਲ ਕਰ ਲਈਏ। ਜਾਨੀ ਮਾਲੀ ਨੁਕਸਾਨ ਦਾ ਵੀ ਹੋਈ? ਅਜੇ ਤੱਕ ਕੋਈ ਕੈਜੁਅਲਟੀ ਰਿਪੋਰਟ ਨਹੀਂ। ਹਾਂਜੀ, ਅਤੇ ਹੁਣ ਪ੍ਰਸ਼ਾਸਨ ਵੱਲੋਂ ਕਿੰਨੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਾ ਚੁੱਕੀਆਂ? 5 ਤਾਈ ਆ ਰਹੀਆਂ ਨੇ, ਰੋਪੜ ਤੋਂ ਵੀ ਮੰਗਵਾਈਆਂ ਨੇ, ਮੋਹਾਲੀ ਤੋਂ ਵੀ ਮੰਗਵਾਈਆਂ ਨੇ, ਖਰੜ ਤੋਂ ਵੀ ਮੰਗਵਾਈਆਂ ਨੇ ਐਂਡ ਮਰਿੰਡੇ ਤੋਂ ਵੀ ਆ ਰਹੀਆਂ ਨੇ। ਸੋ ਉਹ ਆ ਕੇ ਕੁਝ ਮਜ਼ਦੂਰ ਕੱਢੇ ਵੀ ਬਾਹਰ ਗਾਸਰੀ ਹਾਲਤ ਕਹਿੰਦੇ ਆ। 5 ਮਜ਼ਦੂਰ ਜਿਹੜੇ ਸੀਗੇ ਉਹਨਾਂ ਨੂੰ 20% ਬਾਂਸ ਨੇ, ਉਹ ਕੁਰਾਲੀ ਹੋਸਪਿਟਲ ਦੇ ਵਿੱਚ ਨੇ। ਕੁਛ ਕੁ ਜਿਹੜੇ ਮਜ਼ਦੂਰ ਸੀਗੇ ਉਹ 3 ਮੋਹਾਲੀ ਹੋਸਪਿਟਲ ਸੇਵਾ ਦੇ ਫੇਸ 6 ਸੇਵਾ ਹੋਸਪਿਟਲ ਵਿੱਚ ਥੈਂਕ ਯੂ ਲਪੇਟਾ। ਤੇ ਵੱਡੀ ਗੱਲ ਇਹ ਵੀ ਹੈਗੀ ਵੀ ਦੂਜੀਆਂ ਫੈਕਟਰੀਆਂ ਦੇ ਵਿੱਚ ਕੀ ਪਿਆ ਹੈ, ਕੀ ਕੈਮੀਕਲ ਪਿਆ ਹੈ, ਤੇ ਕਿਤੇ ਨਾ ਹੋਵੇ ਬਹੁਤ ਵੱਡੇ ਬਲਾਸਟ ਇੱਥੇ ਹੋ ਜਾਣ, ਤੇ ਏਰੀਆ ਵੀ ਖਾਲੀ ਕਰਨ ਦੀ ਲੋੜ ਹੈਗੀ ਹੈ। ਜਿਹੜੇ ਬਾਰਡਰ ਵਾਲੇ ਨੂੰ ਬੰਦ ਕਰਨਾ ਉਹਦੇ ਨਾਲ ਉਹਦਾ ਰਿਐਕਸ਼ਨ ਕੀ ਹੋਊਗਾ ਕੈਮੀਕਲ ਦਾ, ਉਹ ਵੀ ਤੁਹਾਡਾ ਐਕਸਪਰਟ ਸਾਨੂੰ ਦੱਸ ਸਕਦੇ ਹੈਗੇ, ਤੇ ਏਰੀਆ ਖਾਲੀ ਕਰਾ ਕੇ ਵੀ ਇਮੀਡੀਏਟ ਲਈ इंजरीज हुई है, डेथ किसी की हुई नहीं अजे तक, जी अजे तक सामने आए, बाकी अग बुझाने तो बाद पता चलेगा जी। बाकी मौके से अफसर पुजे रहे हैं? हाँ जी बिल्कुल, SDM साहब भी आ गए जी, अग बुझाओ गड्डिया भी मौके से आई हुई है, जो बच जाए उस फिर अभी दस सकते। कितने गड्डिया लग चुकी हैं? 7-8 ਲਾਤੀਆਂ ਜੇ ਇਹਦੇ ਤੋਂ ਕੈਮੀਕਲ ਹੈਗਾ ਇਹ, ਤੇ ਹੋਰ ਵੀ ਆ ਰਿਹਾ, ਅੱਗ ਤੇ ਕਾਬੂ ਪੈ ਨਹੀਂ ਰਿਹਾ, ਬਿਲਕੁਲ ਬਾਹਰੋਂ ਮੰਗਾਈਆਂ ਜਾ ਰਹੀਆਂ ਗੱਡੀਆਂ। ਹਾਂਜੀ ਰੋਪੜ ਤੋਂ ਵੀ ਮੰਗਾਈਆਂ ਜੀ, SDM ਸਾਹਿਬ ਨੇ ਕਾਲ ਕਰਕੇ ਜਿਹੜੀਆਂ ਹੈਗੀਆਂ, ਤੇ ਜਦੋਂ ਵੀ ਅੱਗ ਬੁਝਦੀ ਹੈ ਸਾਰੀ ਉਸ ਤੋਂ ਬਾਅਦ ਤੁਹਾਨੂੰ ਇਨਫੋਰਮੇਸ਼ਨ ਦਵਾ ਦੇ ਪਾਸੇ।